ਦੁਨੀਆ ਜਿਹੀਆਂ ਉਦਾਹਰਨਾਂ ਦੇ ਨਾਲ ਭਰੀ ਹੋਈ ਹੈ ਜਿੱਥੇ ਛੋਟੀਆਂ ਛੋਟੀਆਂ ਜ਼ਮੀਨਾਂ 'ਤੇ ਵੱਡੀ ਰਾਜਨੀਤੀ ਖੇਡੀ ਜਾਂਦੀ ਹੈ। ਕਈ ਵਾਰ ਵਿਵਾਦ ਜੰਗ ਦੇ ਵਿੱਚ ਬਦਲ ਜਾਂਦੇ ਨੇ। ਇਹ ਵਿਵਾਦ ਵਾਰ ਵਾਰ ਦਮ ਤੋੜਦੇ ਨੇ ਅਤੇ ਵਾਰ ਵਾਰ ਮੁੜ ਤੋਂ ਜੀ ਪੈਂਦੇ ਨੇ। ਭਾਰਤ ਦੇ ਵਿੱਚ ਉੱਠ ਰਿਹਾ ਕਚਤੀਵੂ ਟਾਪੂ ਦਾ ਮੁੱਦਾ ਵੀ ਅਜਿਹਾ ਹੀ ਹੈ। ਲੋਕ ਸਭਾ ਚੋਣਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਖੁਦ ਆਪਣੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਇਹ ਮੁੱਦਾ ਚੁੱਕਿਆ। ਇਹ ਸਭ ਸ਼ੁਰੂ ਹੋਇਆ ਟਾਈਮਸ ਆਫ ਇੰਡੀਆ ਦੀ ਇੱਕ ਰਿਪੋਰਟ ਦੇ ਨਾਲ। ਟਾਈਮਸ ਆਫ ਇੰਡੀਆ ਨੇ ਇੱਕ RTI ਦੇ ਹਵਾਲੇ ਦੇ ਨਾਲ ਰਿਪੋਰਟ ਪ੍ਰਕਾਸ਼ਿਤ ਕੀਤੀ, ਜਿਸ ਦੇ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਭਾਰਤ ਸਰਕਾਰ ਨੇ 1974 ਦੇ ਵਿੱਚ ਇਹ ਟਾਪੂ ਸ਼੍ਰੀਲੰਕਾ ਦੇ ਹਵਾਲੇ ਕਰ ਦਿੱਤਾ ਸੀ। ਕੀ ਹੈ ਇਸ 235 ਏਕੜ ਕਚਤੀਵੂ ਟਾਪੂ ਦਾ ਇਤਿਹਾਸ ਅਤੇ ਕੀ ਹੈ ਇਸ ਦੀ ਰਾਜਨੀਤੀ? ਕਚਤੀਵੂ ਟਾਪੂ ਭਾਰਤ ਅਤੇ ਸ਼੍ਰੀਲੰਕਾ ਦੇ ਵਿਚਕਾਰ ਪਾਕ ਸਟ੍ਰੇਟ ਦੇ ਵਿੱਚ ਪੈਂਦਾ ਹੈ। ਸਟ੍ਰੇਟ ਦਾ ਅਰਥ ਹੈ ਦੋ ਸਮੁੰਦਰਾਂ ਨੂੰ ਜੋੜਨ ਵਾਲਾ ਰਸਤਾ। ਇਹ ਟਾਪੂ ਭਾਰਤ ਅਤੇ ਸ਼੍ਰੀਲੰਕਾ ਦੋਵਾਂ ਦੇ ਨਾਲ ਕਰੀਬ ਹੋਣ ਦੇ ਕਾਰਨ ਵਿਵਾਦਾਂ ਦੇ ਵਿੱਚ ਘਿਰਿਆ ਹੋਇਆ ਹੈ। ਇਹ ਭਾਰਤੀ ਸਰਹੱਦ ਤੋਂ 33 ਕਿਲੋਮੀਟਰ ਅਤੇ ਸ਼੍ਰੀਲੰਕਾ ਦੇ ਡਿਲਫ ਟਾਪੂ ਤੋਂ 24 ਕਿਲੋਮੀਟਰ ਦੂਰ ਹੈ। ਇਸ ਥਾਂ 'ਤੇ ਕੋਈ ਨਹੀਂ ਰਹਿੰਦਾ ਕਿਉਂਕਿ ਪੀਣ ਵਾਲੇ ਪਾਣੀ ਦਾ ਕੋਈ ਵੀ ਸਰੋਤ ਹੈ ਹੀ ਨਹੀਂ। ਚਟਾਨਾਂ ਕਾਰਨ ਇੱਥੇ ਜਹਾਜ਼ ਵੀ ਨਹੀਂ ਜਾ ਸਕਦੇ। ਇੱਥੇ ਸਿਰਫ ਇੱਕ ਇਮਾਰਤ ਹੈ ਅਤੇ ਉਹ ਹੈ 20ਵੀਂ ਸਦੀ ਦੇ ਵਿੱਚ ਬਣੀ ਸੈਂਟ ਐਂਥਨੀ ਚਰਚ। ਇੱਥੇ ਹਰ ਸਾਲ ਇੱਕ ਤਿਉਹਾਰ ਮਨਾਇਆ ਜਾਂਦਾ ਹੈ। ਭਾਰਤ ਅਤੇ ਸ਼੍ਰੀਲੰਕਾ ਦੇ ਈਸਾਈ ਪੁਜਾਰੀ ਇੱਥੇ ਪੂਜਾ ਕਰਦੇ ਨੇ। ਦੋਹਾਂ ਪਾਸਿਆਂ ਤੋਂ ਸ਼ਰਧਾਲੂ, ਖਾਸ ਕਰਕੇ ਮਛੇਰੇ, ਇਸ ਤਿਉਹਾਰ ਦੇ ਲਈ ਆਉਂਦੇ ਨੇ। ਫਿਰ ਇਹ ਦੋਹੇ ਦੇਸ਼ਾਂ ਵਿਚਾਲੇ ਵਿਵਾਦ ਦਾ ਕਾਰਨ ਕਿਉਂ ਹੈ? ਅਜਿਹੇ ਰਿਕਾਰਡ ਨੇ ਜੋ ਦਰਸਾਉਂਦੇ ਨੇ ਕਿ ਇਹ ਟਾਪੂ ਕਦੇ ਰਾਮਨਾਥ ਜ਼ਮੀਂਦਾਰੀ ਦਾ ਹਿੱਸਾ ਸੀ, ਪਰ ਸ਼੍ਰੀਲੰਕਾ ਨੇ ਵੀ ਇਸ 'ਤੇ ਦਾਅਵਾ ਕੀਤਾ। ਫਿਰ ਜਦੋਂ ਦੋਵੇਂ ਦੇਸ਼ ਬਰਤਾਨਵੀ ਰਾਜ ਦੇ ਅਧੀਨ ਸਨ ਤਾਂ ਦੋਵੇਂ ਇਸਦਾ ਪ੍ਰਸ਼ਾਸਨ ਸਾਂਝੇ ਤੌਰ 'ਤੇ ਚਲਾਉਂਦੇ ਸਨ। ਸਾਲ 1921 ਦੇ ਵਿੱਚ ਭਾਰਤ ਅਤੇ ਸ਼੍ਰੀਲੰਕਾ ਦੋਵਾਂ ਨੇ ਮੱਛੀਆਂ ਫੜਨ ਦੀਆਂ ਸੀਮਾਵਾਂ ਨਿਰਧਾਰਿਤ ਕਰਨ ਦੇ ਲਈ ਕਚਤੀਵੂ 'ਤੇ ਦਾਅਵਾ ਠੋਕਿਆ। ਇੱਕ ਸਰਵੇ ਦੇ ਵਿੱਚ ਕਚਤੀਵੂ ਨੂੰ ਸ਼੍ਰੀਲੰਕਾ ਦੇ ਵਿੱਚ ਰੱਖਿਆ ਗਿਆ ਸੀ, ਪਰ ਭਾਰਤ ਤੋਂ ਆਏ ਇੱਕ ਬ੍ਰਿਟਿਸ਼ ਵਫਦ ਨੇ ਇਹ ਕਹਿ ਕੇ ਚੁਣੌਤੀ ਦਿੱਤੀ ਕਿ ਇਹ ਰਾਮਨਾਥ ਜ਼ਮੀਂਦਾਰੀ ਦਾ ਹਿੱਸਾ ਹੈ। ਇਹ ਵਿਵਾਦ ਉਸ ਵੇਲੇ ਪੂਰੀ ਤਰ੍ਹਾਂ ਹੱਲ ਨਹੀਂ ਹੋ ਸਕਿਆ ਸੀ। ਇਹ ਵਿਵਾਦ 1970 ਦੇ ਦਹਾਕੇ ਦੇ ਵਿੱਚ ਫਿਰ ਤੋਂ ਜ਼ੋਰ ਫੜ ਗਿਆ। ਦੋਵਾਂ ਦੇਸ਼ਾਂ ਵਿਚਾਲੇ 1974 ਅਤੇ 1976 ਦੇ ਵਿੱਚ ਦੋ ਸਮਝੌਤਿਆਂ 'ਤੇ ਦਸਤਖਤ ਕੀਤੇ ਗਏ ਸਨ। ਉਸ ਸਮੇਂ ਭਾਰਤ ਦੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਅਤੇ ਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਸਿਰੀਮਾਵੋ ਭੰਡਾਰਨਾਇਕੇ ਵਿਚਕਾਰ ਇੱਕ ਸਮਝੌਤਾ ਹੋਇਆ ਸੀ ਕਿ ਕਚਤੀਵੂ ਸ਼੍ਰੀਲੰਕਾ ਦਾ ਹਿੱਸਾ ਹੈ। ਉਸ ਸਮੇਂ ਇੰਦਰਾ ਗਾਂਧੀ ਨੇ ਸੋਚਿਆ ਸੀ ਕਿ ਇਸ ਟਾਪੂ ਦੀ ਕੋਈ ਸਟ੍ਰੈਟੇਜਿਕ ਇੰਪੋਰਟੈਂਸ ਤਾਂ ਹੈ ਨਹੀਂ ਅਤੇ ਇਸ ਟਾਪੂ 'ਤੇ ਭਾਰਤ ਦਾ ਦਾਅਵਾ ਖਤਮ ਕਰਨ ਦੇ ਨਾਲ ਗੁਆਂਢੀ ਦੇਸ਼ ਦੇ ਨਾਲ ਸੰਬੰਧ ਹੋਰ ਵੀ ਮਜ਼ਬੂਤ ਹੋ ਜਾਣਗੇ। ਪਰ 1976 ਦੇ ਸਮਝੌਤੇ ਤੋਂ ਬਾਅਦ ਇਹ ਫੈਸਲਾ ਕੀਤਾ ਗਿਆ ਕਿ ਦੋਵਾਂ ਦੇਸ਼ਾਂ ਦੇ ਮਛੇਰੇ ਇੱਕ ਦੂਜੇ ਦੇ ਐਕਸਕਲੂਸਿਵ ਇਕਨੋਮਿਕ ਜ਼ੋਨ ਯਾਨੀ ਕਿ ਵਿਸ਼ੇਸ਼ ਆਰਥਿਕ ਖੇਤਰ ਦੇ ਵਿੱਚ ਮੱਛੀਆਂ ਨਹੀਂ ਫੜਨਗੇ। ਕਚਤੀਵੂ ਦੋਵਾਂ ਦੇਸ਼ਾਂ ਦੇ ਵਿਸ਼ੇਸ਼ ਆਰਥਿਕ ਖੇਤਰ ਦੇ ਕਿਨਾਰੇ 'ਤੇ ਹੈ। ਇਸ ਲਈ ਮਛੇਰਿਆਂ ਦੇ ਮੱਛੀ ਫੜਨ ਦੇ ਅਧਿਕਾਰਾਂ ਦਾ ਮਸਲਾ ਹੱਲ ਨਹੀਂ ਹੋ ਸਕਿਆ। ਹਾਲਾਂਕਿ ਸਮਝੌਤੇ ਤੋਂ ਬਾਅਦ ਵੀ ਭਾਰਤੀ ਮਛੇਰਿਆਂ ਦੇ ਲਈ ਸਥਿਤੀ ਇੰਨੀ ਔਖੀ ਨਹੀਂ ਸੀ। ਉਹ ਵੀ ਦੂਜੇ ਪਾਸੇ ਚਲੇ ਜਾਂਦੇ। ਉਹ ਬਿਨਾਂ ਕਿਸੇ ਪਾਬੰਦੀ ਦੇ ਸੈਂਟ ਐਂਥਨੀ ਚਰਚ ਦੇ ਸਾਲਾਨਾ ਤਿਉਹਾਰ ਦੇ ਵਿੱਚ ਵੀ ਸ਼ਾਮਲ ਹੁੰਦੇ। ਪਰ ਹੌਲੀ ਹੌਲੀ ਸਥਿਤੀ ਬਦਲਦੀ ਗਈ। ਸ਼੍ਰੀਲੰਕਾ ਦੇ ਮਛੇਰਿਆਂ ਨੇ ਵੀ ਇਹ ਮੁੱਦਾ ਚੁੱਕਣਾ ਸ਼ੁਰੂ ਕਰ ਦਿੱਤਾ ਕਿ ਭਾਰਤੀ ਮਛੇਰਿਆਂ ਦੇ ਆਉਣ ਦੇ ਨਾਲ ਉਹਨਾਂ ਦੀ ਰੋਜ਼ੀ ਰੋਟੀ 'ਤੇ ਫਰਕ ਪੈਂਦਾ ਹੈ। ਜਦੋਂ 2009 ਦੇ ਵਿੱਚ ਸ਼੍ਰੀਲੰਕਾ ਦੀ ਘਰੇਲੂ ਜੰਗ ਖਤਮ ਹੋਈ ਤਾਂ ਉਸਨੇ ਭਾਰਤੀ ਮਛੇਰਿਆਂ ਦੇ ਉੱਤੇ ਤਿੱਖੀ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ। ਹੁਣ ਸਥਿਤੀ ਇਹ ਹੈ ਕਿ ਸ਼੍ਰੀਲੰਕਾ ਦੀ ਜਲ ਸੈਨਾ ਵਾਰ ਵਾਰ ਭਾਰਤੀ ਮਛੇਰਿਆਂ ਨੂੰ ਗ੍ਰਿਫਤਾਰ ਕਰ ਲੈਂਦੀ ਹੈ। ਜਦੋਂ ਅਜਿਹੇ ਹਾਲਾਤ ਪੈਦਾ ਹੁੰਦੇ ਨੇ ਤਾਂ ਕਚਤੀਵੂ ਦੀ ਮੰਗ ਫਿਰ ਤੋਂ ਵੱਧ ਜਾਂਦੀ ਹੈ ਅਤੇ ਤਾਮਿਲਨਾਡੂ ਦੇ ਨੇਤਾ ਇਸ ਮੰਗ ਨੂੰ ਲਗਾਤਾਰ ਚੁੱਕਦੇ ਆ ਰਹੇ ਨੇ। ਜਦੋਂ ਇੰਦਰਾ ਗਾਂਧੀ ਨੇ ਸ਼੍ਰੀਲੰਕਾ ਦੇ ਨਾਲ ਸਮਝੌਤਾ ਕੀਤਾ ਸੀ ਉਦੋਂ ਵੀ ਸਮਝੌਤੇ ਦੇ ਵਿਰੁੱਧ ਆਵਾਜ਼ ਚੁੱਕੀ ਗਈ ਸੀ।
1974 ਦੇ ਵਿੱਚ ਤਾਮਿਲਨਾਡੂ ਦੇ ਤਤਕਾਲੀ ਮੁੱਖ ਮੰਤਰੀ ਐਮ ਕਰੁਣਾਨਿਧੀ ਨੇ ਵੀ ਪ੍ਰਧਾਨ ਮੰਤਰੀ ਨੂੰ ਇੱਕ ਪੱਤਰ ਲਿਖਿਆ ਸੀ। ਰਿਕਾਰਡ ਦਾ ਹਵਾਲਾ ਦਿੰਦੇ ਹੋਏ ਉਹਨਾਂ ਨੇ ਲਿਖਿਆ ਸੀ ਕਿ ਭਾਰਤ ਨੂੰ ਕੱਚ ਤਿਬੂ 'ਤੇ ਦਾਅਵਾ ਕਰਨਾ ਚਾਹੀਦਾ ਹੈ। ਇਸ ਤੋਂ ਬਾਅਦ 1991 ਦੇ ਵਿੱਚ ਤਾਮਿਲਨਾਡੂ ਦੀ ਤਤਕਾਲੀ ਮੁੱਖ ਮੰਤਰੀ ਜੈਲਲਿਤਾ ਨੇ ਵੀ ਕੇਂਦਰ ਦੇ ਨਾਲ ਗੱਲ ਕੀਤੀ ਸੀ। ਵਿਧਾਨ ਸਭਾ ਦੇ ਵਿੱਚ ਇੱਕ ਮਤਾ ਵੀ ਪਾਸ ਕੀਤਾ ਗਿਆ ਸੀ ਕਿ ਤਾਮਿਲਨਾਡੂ ਕੱਚ ਤਿਬੂ ਨੂੰ ਵਾਪਸ ਲੈ ਕੇ ਰਹੇਗਾ। 2001 ਦੇ ਵਿੱਚ ਵੀ ਜੈਲਲਿਤਾ ਨੇ ਤਤਕਾਲੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਨੂੰ ਤਾਮਿਲਨਾਡੂ ਦੇ ਮਛੇਰਿਆਂ ਦੇ ਲਈ ਇਹ ਟਾਪੂ ਸਥਾਈ ਲੀਜ਼ 'ਤੇ ਲੈਣ ਦੇ ਲਈ ਕਿਹਾ। ਜੈਲਲਿਤਾ ਨੇ ਕਈ ਸਾਲਾਂ ਤੱਕ ਇਹ ਯਤਨ ਜਾਰੀ ਰੱਖੇ। 2008 ਦੇ ਵਿੱਚ ਉਹਨਾਂ ਨੇ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਸੀ ਕਿ ਦੋਹਾਂ ਦੇਸ਼ਾਂ ਵਿਚਾਲੇ ਹੋਏ ਸਮਝੌਤੇ ਨੂੰ ਨਲ ਐਂਡ ਵੋਇਡ ਯਾਨੀ ਕਿ ਅਵੈਧ ਘੋਸ਼ਿਤ ਕੀਤਾ ਜਾਵੇ। 2013 ਦੇ ਵਿੱਚ ਕਰੁਣਾਨਿਧੀ ਨੇ ਉਹਨਾਂ ਸਮਝੌਤਿਆਂ ਨੂੰ ਅਵੈਧ ਘੋਸ਼ਿਤ ਕਰਨ ਦੇ ਲਈ ਇੱਕ ਵੱਖਰੀ ਪਟੀਸ਼ਨ ਦਾਇਰ ਕੀਤੀ ਸੀ। 2022 ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੇਨਈ ਦੇ ਵਿੱਚ ਇੱਕ ਸਮਾਗਮ ਦੇ ਵਿੱਚ ਮੌਜੂਦ ਸਨ। ਉਹਨਾਂ ਦੇ ਸਾਹਮਣੇ ਮੁੱਖ ਮੰਤਰੀ ਐਮ ਕੇ ਸਟਾਲੀ ਨੇ ਇਸ ਸੰਬੰਧ ਵਿੱਚ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਸੀ ਕਿ ਕੱਚ ਤਿਬੂ ਨੂੰ ਵਾਪਸ ਲੈਣ ਦਾ ਹੈ ਸਹੀ ਸਮਾਂ। ਸ਼੍ਰੀਲੰਕਾ ਦੇ ਰਾਸ਼ਟਰਪਤੀ ਰਾਨਿਲ ਵਿਕਰਮਸਿੰਘੇ ਨੇ ਜੁਲਾਈ 2023 ਦੇ ਵਿੱਚ ਭਾਰਤ ਦਾ ਦੌਰਾ ਕੀਤਾ ਸੀ। ਉਦੋਂ ਵੀ ਸਟਾਲੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਕੱਚ ਤਿਬੂ ਬਾਰੇ ਉਹਨਾਂ ਦੇ ਨਾਲ ਗੱਲ ਕਰਨ ਦੇ ਲਈ ਕਿਹਾ ਸੀ। ਪਰ ਬੀਜੇਪੀ ਦਾ ਇਲਜ਼ਾਮ ਹੈ ਕਿ DMK ਅਤੇ ਕਾਂਗਰਸ ਪਾਰਟੀ ਇਸ ਮੁੱਦੇ ਨੂੰ ਨਹੀਂ ਚੁੱਕ ਰਹੇ, ਸਗੋਂ ਮੋਦੀ ਇਸ ਮਸਲੇ ਨੂੰ ਉਠਾ ਰਹੇ ਨੇ। ਹਾਲਾਂਕਿ ਇਸ ਮਸਲੇ 'ਤੇ ਜੋ ਕੁਝ ਵੀ ਕਰਨ ਦੀ ਲੋੜ ਹੈ ਉਹ ਕੇਂਦਰ ਸਰਕਾਰ ਹੀ ਕਰ ਸਕਦੀ ਹੈ। ਭਾਜਪਾ ਤਾਮਿਲਨਾਡੂ ਦੇ ਪ੍ਰਧਾਨ ਕੇ ਅੰਨਾਮਲਾਈ ਨੇ ਇਹ ਵੀ ਕਿਹਾ ਸੀ ਕਿ PM ਮੋਦੀ ਕੱਚ ਤਿਬੂ ਨੂੰ ਵਾਪਸ ਲੈ ਸਕਦੇ ਨੇ। ਗੌਰ ਕਰਨ ਵਾਲੀ ਗੱਲ ਹੈ ਕਿ ਉਹਨਾਂ ਨੇ ਹੀ ਮੰਤਰਾਲੇ ਦੇ ਵਿੱਚ RTI ਦਾਇਰ ਕੀਤੀ ਸੀ, ਜਿਸ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਸੋਸ਼ਲ ਮੀਡੀਆ 'ਤੇ ਲਿਖਿਆ ਅਤੇ ਵਿਦੇਸ਼ ਮੰਤਰੀ SJ ਸ਼ੰਕਰ ਨੇ ਇਸ ਨੂੰ ਲੈ ਕੇ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ। ਪਰ ਜਦੋਂ ਵਿਦੇਸ਼ ਮੰਤਰੀ ਤੋਂ ਪੁੱਛਿਆ ਗਿਆ ਕਿ ਕੀ ਹੁਣ ਕੱਚ ਤਿਬੂ ਨੂੰ ਵਾਪਸ ਲਿਆ ਜਾਵੇਗਾ, ਤਾਂ ਉਹਨਾਂ ਨੇ ਇਸ 'ਤੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ। ਉਹਨਾਂ ਸਿਰਫ ਇੰਨਾ ਹੀ ਕਿਹਾ ਕਿ ਮਾਮਲਾ ਸੁਪਰੀਮ ਕੋਰਟ ਦੇ ਵਿੱਚ ਹੈ। ਬਿਲਕੁਲ, ਮਾਮਲਾ ਸੁਪਰੀਮ ਕੋਰਟ ਦੇ ਵਿੱਚ ਹੈ ਅਤੇ ਤਾਮਿਲਨਾਡੂ ਦੇ ਨੇਤਾਵਾਂ ਨੇ ਵੀ ਉੱਥੇ ਹੀ ਪਟੀਸ਼ਨ ਦਾਇਰ ਕੀਤੀ ਸੀ। 2014 ਦੇ ਵਿੱਚ ਵੀ ਜਦੋਂ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਤੋਂ ਜਵਾਬ ਮੰਗਿਆ ਤਾਂ ਤਤਕਾਲੀ ਅਟਾਰਨੀ ਜਨਰਲ ਮੁਕੁਲ ਰੋਹਤਗੀ ਨੇ ਸੁਪਰੀਮ ਕੋਰਟ ਨੂੰ ਕਿਹਾ ਸੀ ਕਿ ਇਹ ਟਾਪੂ 1974 ਦੇ ਵਿੱਚ ਇੱਕ ਸਮਝੌਤੇ ਤਹਿਤ ਸ਼੍ਰੀਲੰਕਾ ਦੇ ਹਿੱਸੇ ਆਇਆ ਸੀ, ਅੱਜ ਇਸ ਨੂੰ ਵਾਪਸ ਕਿਵੇਂ ਲਿਆ ਜਾ ਸਕਦਾ ਹੈ? ਜੇ ਤੁਸੀਂ ਇਸ ਨੂੰ ਵਾਪਸ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਜੰਗ ਲੜਨੀ ਪਵੇਗੀ। ਇਸ ਪੂਰੇ ਵਿਵਾਦ 'ਤੇ ਕਾਂਗਰਸ ਨੇਤਾ ਪੀ ਚਿਦੰਬਰਮ ਨੇ ਕਿਹਾ ਕਿ ਇੰਦਰਾ ਗਾਂਧੀ ਨੇ ਕੱਚ ਤਿਬੂ ਨੂੰ ਸ਼੍ਰੀਲੰਕਾ ਦਾ ਹਿੱਸਾ ਇਸ ਲਈ ਮੰਨਿਆ ਸੀ ਕਿਉਂਕਿ ਸ਼੍ਰੀਲੰਕਾ ਦੇ ਵਿੱਚ 6 ਲੱਖ ਤਮਿਲ ਲੋਕ ਪੀੜਿਤ ਸਨ। ਉਹ ਸ਼ਰਨਾਰਥੀ ਦੇ ਤੌਰ 'ਤੇ ਭਾਰਤ ਆਉਣਾ ਚਾਹੁੰਦੇ ਸਨ ਅਤੇ ਸਮਝੌਤੇ ਕਾਰਨ ਹੀ ਉਹ ਭਾਰਤ ਆ ਸਕੇ। ਵੈਸੇ 2015 ਦੇ ਭਾਰਤ ਬੰਗਲਾਦੇਸ਼ ਸਮਝੌਤੇ ਦੇ ਵਿੱਚ ਵੀ ਕੁਝ ਅਜਿਹਾ ਹੀ ਹੋਇਆ ਸੀ। ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਲਗਭਗ 4000 ਕਿਲੋਮੀਟਰ ਲੰਬੀ ਸਰਹੱਦ ਹੈ। ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਸਰਹੱਦ 'ਤੇ ਅਜਿਹੇ ਇਨਕਲੇਵ ਬਣਾਏ ਗਏ ਜੋ ਭਾਰਤ ਦੇ ਸਨ ਪਰ ਬੰਗਲਾਦੇਸ਼ ਦੇ ਨਾਲ ਘਿਰੇ ਹੋਏ ਸਨ ਅਤੇ ਜੋ ਬੰਗਲਾਦੇਸ਼ ਵਿੱਚ ਸਨ ਅਤੇ ਭਾਰਤ ਦੇ ਨਾਲ ਘਿਰੇ ਹੋਏ ਸਨ। ਲਗਭਗ 50,000 ਲੋਕ ਬਿਨਾਂ ਕਿਸੇ ਦੇਸ਼ ਦੇ ਸਨ ਅਤੇ ਇਸ ਲਈ ਉਹਨਾਂ ਕੋਲ ਕੋਈ ਵੀ ਬੁਨਿਆਦੀ ਸਹੂਲਤ ਨਹੀਂ ਸੀ। ਇਹ ਸਮੱਸਿਆ ਸਾਲਾਂ ਤੋਂ ਚੱਲੀ ਆ ਰਹੀ ਸੀ। 2015 ਦੇ ਵਿੱਚ ਮੋਦੀ ਸਰਕਾਰ ਆਪਣੀ ਨੇਬਰ ਫਸਟ ਪਾਲਿਸੀ ਦੇ ਚੱਲਦਿਆਂ ਬੰਗਲਾਦੇਸ਼ ਦੇ ਨਾਲ ਸੰਬੰਧਾਂ ਨੂੰ ਮਜ਼ਬੂਤ ਕਰਨਾ ਚਾਹੁੰਦੀ ਸੀ। ਉਸਨੇ ਬੰਗਲਾਦੇਸ਼ ਦੇ ਨਾਲ ਇੱਕ ਜ਼ਮੀਨੀ ਸੀਮਾ ਸਮਝੌਤੇ 'ਤੇ ਦਸਤਖਤ ਕੀਤੇ ਜਿਸ ਦੇ ਵਿੱਚ 17,161 ਏਕੜ ਭਾਰਤੀ ਖੇਤਰ 'ਤੇ ਅਧਿਕਾਰ ਛੱਡ ਦਿੱਤਾ ਅਤੇ ਬਦਲੇ ਦੇ ਵਿੱਚ 7,110 ਏਕੜ 'ਤੇ ਅਧਿਕਾਰ ਮਿਲਿਆ। ਭਾਰਤ ਦਾ ਜ਼ਮੀਨੀ ਖੇਤਰ 10,051 ਏਕੜ ਘੱਟ ਗਿਆ। ਭਾਰਤੀ ਖੇਤਰ ਦੇ ਵਿੱਚ ਬੰਗਲਾਦੇਸ਼ ਦੇ 51 ਇਨਕਲੇਵਸ 'ਤੇ ਲਗਭਗ 14,854 ਨਿਵਾਸੀਆਂ ਨੂੰ ਭਾਰਤੀ ਨਾਗਰਿਕਤਾ ਦਿੱਤੀ ਗਈ ਸੀ। ਇਸ ਸਮੇਂ ਮੁੱਖ ਸਵਾਲ ਤਾਮਿਲਨਾਡੂ ਅਤੇ ਸ਼੍ਰੀਲੰਕਾ ਦੇ ਮਛੇਰਿਆਂ ਦਾ ਹੈ, ਉਹਨਾਂ ਦੀ ਰੋਜ਼ੀ ਰੋਟੀ ਅਤੇ ਉਹਨਾਂ ਦੇ ਅਧਿਕਾਰਾਂ ਦਾ ਹੈ। ਕਿ ਅੱਜ ਅਜਿਹੇ ਸਮਝੌਤੇ 'ਤੇ ਪਹੁੰਚਣਾ ਸੰਭਵ ਹੈ ਕਿ ਤਾਮਿਲਨਾਡੂ ਦੇ ਮਛੇਰੇ ਉੱਥੇ ਮੱਛੀਆਂ ਫੜਨ ਜਾ ਸਕਣ ਅਤੇ ਉਹਨਾਂ ਦੀ ਸੁਰੱਖਿਆ ਨੂੰ ਕੋਈ ਵੀ ਖਤਰਾ ਨਾ ਹੋਵੇ? ਕੁਝ ਵਿਵਾਦ ਰਹੇ ਨੇ ਪਰ ਇਸ ਦੇ ਬਾਵਜੂਦ ਭਾਰਤ ਅਤੇ ਸ਼੍ਰੀਲੰਕਾ ਦੋਸਤ ਦੇਸ਼ ਨੇ।
ਹਾਲ ਹੀ ਦੇ ਵਿੱਚ ਜਦੋਂ ਸ਼੍ਰੀਲੰਕਾ ਨੂੰ ਆਰਥਿਕ ਸੰਕਟ ਦਾ ਸਾਹਮਣਾ ਕਰਨਾ ਪਿਆ ਤੇ ਭਾਰਤ ਨੇ ਵੀ ਬਹੁਤ ਮਦਦ ਕੀਤੀ, ਤਾਂ ਕੀ ਭਾਰਤ ਸਰਕਾਰ ਹੁਣ ਭਾਰਤੀ ਮਛੇਰਿਆਂ ਦੇ ਹੱਕਾਂ ਦੇ ਲਈ ਸ਼੍ਰੀਲੰਕਾ ਦੇ ਨਾਲ ਗੱਲਬਾਤ ਨਹੀਂ ਕਰ ਸਕਦੀ? ਕਿਸ ਵਾਰ ਕੋਈ ਹੱਲ ਨਿਕਲੇਗਾ ਜਾਂ ਫਿਰ ਇਹ ਮਸਲਾ ਸਿਰਫ ਸਿਆਸੀ ਬਿਆਨਬਾਜ਼ੀ ਤੱਕ ਹੀ ਸੀਮਤ ਰਹੇਗਾ? ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਰਿਪੋਰਟ ਪਸੰਦ ਆਈ ਹੋਵੇਗੀ। ਹੋਰ ਵੀ ਕਈ ਅਹਿਮ ਰਿਪੋਰਟਸ ਤੁਸੀਂ ਸਾਡੀ ਵੈਬਸਾਈਟ ਜੋ ਕਿ ਹੈ bbc.com/punjabi ਤੇ ਜਾ ਕੇ ਪੜ੍ਹ ਸਕਦੇ ਹੋ। ਇਸ ਤੋਂ ਇਲਾਵਾ ਸਾਡੇ ਫੇਸਬੁੱਕ ਪੇਜ ਅਤੇ ਯੂਟਿਊਬ ਹੈਂਡਲ 'ਤੇ ਜਾ ਸਕਦੇ ਹੋ। ਤੁਸੀਂ ਸਾਡੇ ਐਕਸ ਅਤੇ ਇੰਸਟਾਗ੍ਰਾਮ ਹੈਂਡਲ 'ਤੇ ਵੀ ਜਾ ਸਕਦੇ ਹੋ।